بقى يقول بس يطلع كده ماشي بقى بس عمو الكوميديا اللي بعد
دے دینا کیا آپ کے اپنے امانت دے جاؤ Thank you.
Thank you.
Yeah.
پریشانی کا علاج کی ساری پریشانی کا علاج ہمیشہ اس خادم نے کیا چمبل دیو مات کو ہاں خادم کس طرح ہے خادم ہمیشہ خدمت کرنے آتا سیٹ صاحب ساری زندگی سوال اس خادم جیسے خادم کہ ناری لے رہا تھی پریشان پیچھے لانا لگ پتا سیٹ صاحب ایسا پتھر پیر رکھے تو پتھر پانی پانی ہو جائے چن بل چکے تو چن چمک نہ چھٹ جی سورج بل دیکھے روتی کل پہلی بار اپنی آدھا نمائش کر ہری دار بے شمار آن کے سیر صاحب کہ صرف میں جا یہ پھول کس گلدستے سے لگنا چاہیے ہمار کبھی چل کے گئے تھے نہیں پرہیز بھائی کچھ کستا سا لیا بھی نہیں اچھی بھی پتھر سے پیر رکھے ہوئے پانی پانی ہو گیا ہے دیکھنے آ سن شرمانا ہے سورج ساڑھے سات کی بھی بند کر
شریف پیوتا اس مٹی چوک کی بپارے نے دیے جنہیں تین 20 سال پہلے خریدیا سی ماں نے تیرے کو ماں پیو کی یاد بھی کھو لی پچھاڑ بھی میں تو بیچن والے خادم کو بھی پوچھا جی وہ بھی قسم کھا کے یہ کہہ رہا سی کہ تیری وارث ایک ماں سے بہن سی وہ بھی لاپتا نے ہاتھوں پڑی
Thank you.
ਪਿਛਲਾ ਡੈਮਾ ਕਿਉਂ ਪਿਆ ਗਿਆ ਮੈਂ ਦੇਖੀ ਜੇ ਡਰਾਈਵਰ ਨੇ ਘੱਲਿਆ ਮੈਂ ਕਿਹੜਾ ਆਈ ਮੈਨੂੰ ਪਤਾ ਨਹੀਂ ਪਈ ਰੰਗ ਰੱਖੀ ਆ ਮੈਂ ਕੀ ਪਤਾ ਨਹੀਂ ਤੁਸੀਂ ਅੰਦਰ ਫਟੂਗਾ ਵੇਖਾ ਡਿਆ ਹੁਣ ਮੈਂ ਆਇਆ ਜੇ ਖੁਸ਼ੀ ਦੇ ਪਾਣੀ ਪੂਰਾ ਇੱਕ ਮਹੀਨੇ ਦੀ ਮਜ਼ਦੂਰੀ ਦਿਓ ਤਾਂ ਕਿ ਅਸੀਂ ਵੀ ਜਾ ਕੇ ਤੁਹਾਡੇ ਟਿਕਟਾਂ ਕਰੀਏ ਕਮਾਈ ਅਸੀਂ ਮੁਸ਼ੀ ਰੱਖਿਆ ਹੋਇਆ ਜਿਹਦੇ ਆਪਣੇ ਕੋਲ ਕੁਛ ਨੀ ਰੱਖਿਆ ਹੋਇਆ ਜਿਹਦੇ ਸ਼ਬਜਵਾ ਚਾਤਵਾ ਤੇ ਟਿਕਟ ਕਾਰਡ ਹੈ ਤੇ ਭਾਈ ਸ਼ੀਟਾਂ ਮੰਗਦਾ ਜੇ 4000 ਰੁਪਇਆ ਪੂਰਾ ਮੇਰਾ ਮਤਲਬ ਹੈ ਅਸੀਂ ਇਨਕਾਰ ਕਰਾਂਗੇ ਤੁਹਾਡਾ ਹੱਥ ਅੜ ਕੇ ਵਾਸਤਾ ਕਰ ਜਾਣਾ ਨਾ ਬਾਬਾ ਜੀ ਉਹ ਤੁਹਾਡੀ ਸੰਗੀ ਕੁੱਟ ਦੇਗਾ ਜੀ ਉਹ ਜੰਗਦਾ ਹੀ ਸੂਰਜ ਨੇ ਜਾਂ ਤਾਂ 4000 ਰੁਪਇਆ ਦੇ ਦਿਓ ਤੇ 1000 ਰੁਪਏ ਦੀ ਚਾਰ ਸੁੱਖੀ ਦੇ ਦਿਓ Thank you.
ਹੇਠ ਕੋਈ ਦਲਾਲੀ ਨਹੀਂ ਜੇ ਆਪਾਂ ਦਾ ਮਾਲ ਆਪਣੇ ਕੋਲ ਰੱਖ ਲਈ ਪਹਿਲਾਂ ਫੜਦਾ ਰੁਪਈਆ ਕਾਲੇ ਬੱਕਰੇ ਮੰਗਾ ਕੇ ਆਪਣੇ ਸਿਰ ਤੋਂ ਸਦਕਾ ਦੇ ਵੈਰੀ ਗੁੱਡ ਆਈ ਐਪਰੀਸ਼ੀਏਟ ਇਟ ਕਾਸ਼ ਸਾਡੀ ਬਾ ਹੁੰਦਾ ਇਹ ਜ਼ਰੂਰਤਮੰਦ ਵੀ ਸਾਡੇ ਕੋਲ ਪਰਮਾਨੈਂਟ ਮੁਲਾਜ਼ਮ ਹੋ ਜਾਵੇ ਵੈਰੀ ਗੁੱਡ ਆਈਡੀਆ ਕਮ ਸਾਡੀ ਮਰਜ਼ੀ ਦਾ ਕੱਟੀ ਮਸਤ ਤੇਰੀ ਮਸਤ ਮਜ਼ਦੂਰੀ ਮਹੀਨੇ ਦੀ ਸਿਰਫ 4,000 ਰੁਪਏ ਬਣਦੀ ਹੈ ਤੇ ਮੈਂ 4,000 ਰੁਪਏ ਲਵਾਂ ਮੇਰੀ ਸ਼ਰਤ ਹੈ ਕੰਮ ਚਾਹੇ ਹੋਣਾ ਚਾਹੀਦਾ ਵੈਰੀ ਗੁੱਡ ਕੱਲ ਤੋਂ ਡਿਊਟੀ ਜੁਆਇਨ ਕਰਦੇ Thank you.
آج تک نہیں اٹھ سکیا حاجرا بچے لگے تھے کہ انتقام انہوں نے پورے کے تب تک ضرور دے گا Thank you.
اس کی سب سے مر جاؤں. بچوں نے دیا نہیں چوری بچوں جی. اگر ماں جی گھومتا ہوں تو
ਨੂੰ ਨੋਟਾਂ ਦੀ ਥਾਂ ਕੋਠਾ ਦਿੱਤੀ ਹੈ ਜੋ ਤੇਰੀ ਨਫ਼ਰਤ ਦੇ ਇਮਤਿਹਾਨ ਦੀ ਤੇ ਸਾਡੇ ਪਿਆਰ ਦੀ ਪਿਤਾ ਆਪੇ ਹੋ ਜਾਏਗੀ। ਫਾਦਰ ਵੀ ਹੈ ਤੇ ਗੈਰਤਮੰਦ ਵੀ, ਤੂੰ ਪਿਆਰ ਦਾ ਤੇ ਨਾ ਬਖਲਾਲ ਵੀ। Thank you.
ਤੇਰੀ ਕੁਰਬਾਨੀ ਦੇ ਪੱਕੇ ਆਏ ਨੇ। ਅਸਾਂ ਕੋਲ ਭੁਲੇਖੇ ਆ ਗਏ ਜੇ ਜਾਣ ਬਚ ਕੇ ਆਏ। ਓਏ ਤੂੰ ਕਿਧਰੇ ਉਹ ਫਲਾ ਤੇ ਨਹੀਂ ਜਿਹਨੂੰ ਚੰਬਲ ਦੇ ਮਾਲਕਾਂ ਦਾ ਮਾਲਕ ਹੋਣ ਦੀ ਆਦਤ ਹੈ। ਜੇ ਤੈਨੂੰ ਚੰਬਲ ਦੇ ਮਾਲਕਾਂ ਨੇ ਭੇਜਿਆ ਤੇ ਫਿਰ ਸਫ਼ਰ ਨੂੰ ਆਪਣੀ ਜ਼ਿੰਦਗੀ ਦਾ ਆਖਰੀ ਸਫ਼ਰ ਸਮਝ ਕੇ ਸਿਰ ਤਲੀ ਤੇ ਰੱਖਦੇ ਹੋਏ। ਓਏ ਮੈਂ ਤੇ ਸਮਝਦਾ ਸਾਂ ਜਿਹਦੇ ਖੌਫ ਤੋਂ ਚੰਬਲ ਦੇ ਮਾਲਕਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਉਹਦੀ ਇੱਕ ਤੇ ਮੰਜਾ ਚਾਹੀਦਾ ਹੋਵੇਗਾ। ਜੇ ਤੈਨੂੰ ਮੰਜੇ ਤੇ ਮਰਨ ਦਾ ਚਾਹੀ ਸ਼ੌਕ ਹੈ ਤੇ ਫਿਰ ਹਮੇਸ਼ਾ ਲਈ ਮੰਜੇ ਤੇ ਸਵਾਹ ਤੇ ਪਿਜਾਂਗਾ। ਹੋਰ ਚੁੱਪ ਕਰਕੇ ਮੇਰੇ ਤੱਕ ਕਿੱਥੇ ਜਾਵੇ ਤੇਰੇ ਤੇ ਹੱਥ ਚੁੱਕਿਆ ਤੈਨੂੰ ਪਿਓ ਯਾਦ ਆਉਂਦਾ। ਹੱਥ ਚੁੱਕੇਗਾ ਤੇ ਪਿਓ ਬਣ ਕੇ ਵੀ ਜਾਏਗਾ। ਹੋਰ ਸਿੱਧ ਕਰੇਗਾ ਤੇ ਟਰੱਕ ਤੇ ਅੱਗੇ ਲਾ ਕੇ ਵੀ ਲੈ ਜਾਵਾਂਗਾ। ਇਸ ਕਤਲਗਾਹ ਚੋਂ ਜ਼ਿੰਦਾ ਵਾਪਸ ਜਾਣ ਦਾ ਖਾਬ ਦੇਖਣ ਤੋਂ ਪਹਿਲੇ ਆਪਣੇ ਆਸੇ ਪਾਸੇ ਦਿਖਾਏ। ਮੈਂ ਬੇਟਾ 101 ਵੀ ਹੋ ਜਾਣ ਤੇ ਸ਼ੇਰ ਦਾ ਫੈਸਲਾ ਕਦੀ ਨਹੀਂ ਬਦਲਿਆ। ਮੇਰੀ ਬੋਟੀ ਬੋਟੀ ਬਣ ਲਓ ਮੇਰੀ ਲੰਬੀ ਜ਼ੁਬਾਨ ਮੇਰੇ ਨਹੀਂ ਛੱਡਣਾ। ਛੱਡ ਦੇ ਤੇ ਬਲਵੀ ਜਾਣ ਦੇ ਇਸਤ ਦਾ ਸਵਾਲ ਹੈ।
Bye.
Thank you.
Thank you.
شروع ہو جا کے کتنے سے گولی کھا رہی ہوں میرا دادی بڑی پٹاک دی ہے بی ہے گھر والی چل تیریاں نظر کی میں دھوکھا کھا رہی ہوں میں شہر کے گھروں لے کے آ رہا ہوں
Thank you.
ਨਾਲ ਦੀ ਧੀ ਹੈ ਜਾਂ ਆਪਣੀ ਮਾਂ ਦੇ ਪੈਰਾਂ ਕੋਲ ਟੁਰ ਜਾ। ਇਸ ਲਈ ਕਿ ਹੁਣ ਤੈਨੂੰ ਮੇਰੀ ਕੋਈ ਲੋੜ ਨਹੀਂ, ਮੈਂ ਵੀ ਹੁਣ ਸਿਰਫ ਆਪਣੇ ਦੁਸ਼ਮਣਾਂ ਲਈ ਜੀਣਾ। ਕੀ ਕਹਿ ਰਿਹਾ ਬਾਬਾ, ਤੇਰੇ ਤੇ ਸਾਰੇ ਰਿਸ਼ਤੇ ਤੇਰੇ ਨਾਲ, ਮੈਂ ਤੇਰੀ ਖਾਤਰ ਆਪਣੀ ਮਾਂ ਤੇ ਭੈਣ ਛੱਡ ਸਕਦੀ, ਪਰ ਉਹਨਾਂ ਲਈ ਤੈਨੂੰ ਨਹੀਂ ਛੱਡ ਸਕਦੀ। ਰੱਬ ਦੀ ਸੌ, ਜੇ ਮੈਨੂੰ ਪਤਾ ਆਉਂਦਾ ਕਿ ਤੇਰਾ ਵੀ ਕੋਈ ਦੁਸ਼ਮਣ ਹੈ, ਤੇ ਮੈਂ ਆਪਣੇ ਦੁਸ਼ਮਣ ਤੋਂ ਪਹਿਲਾਂ ਤੇਰਾ ਦੁਸ਼ਮਣ ਲੱਗਦੀ। ਮੇਰੇ ਆਪਣੇ ਦੁਖੀ ਇੰਨੇ ਸੜਦੇ ਹੈ ਕਿ ਤੈਨੂੰ ਪੱਤਣ ਦੀ ਇਕੱਲੀ ਕਬਰ ਦੀ ਖਾਲੀ ਸੁਣਾਉਣ ਦੀ ਹਿੰਮਤ ਹੀ ਨਹੀਂ ਹੋਈ। ਨਾ ਸੁਣੀਏ, ਤੈਨੂੰ ਲੱਭ ਕੇ ਤੇ ਮੈਂ ਸਾਹ ਦਿੱਤਾ। ਮੇਰੇ ਦੁਸ਼ਮਣ ਚੰਬਲ ਦੇ ਮਾਲਕ ਨੇ, ਪਰ ਅੱਜ ਚੰਬਲ ਖਾਲੀ ਹੈ, ਉਹਨਾਂ ਨੂੰ ਲੱਭਣਾ ਪਵੇਗਾ। ਮੈਨੂੰ ਤੇਰੀ ਸੌਂ ਹੈ ਬਾਬਾ, ਉਹਨਾਂ ਨੂੰ ਜ਼ਮੀਨ ਤੋਂ ਵੀ ਕੱਢਣਾ ਪਿਆ ਤੇ ਕੱਢਣਾ ਜੀ। ਮੌਤ ਦੇ ਖੌਫ ਤੋਂ ਦੌੜਨ ਵਾਲੇ ਨੂੰ ਮੌਤ, ਪਤੀ ਦੀ ਮਾਤਾ ਦੀ ਨਿਜ਼ਾਮ, ਜੇ ਉਹ ਸਾਨੂੰ ਤਲਾਸ਼ ਕਰ ਰਹੇ ਨੇ ਤਾਂ ਫਿਰ ਅਸੀਂ ਵੀ ਉਹਨਾਂ ਨੂੰ ਖੁਦ ਤਲਾਸ਼ ਕਰਾਂਗੇ।
ਤੇ ਉਸ ਕਬਰ ਤੇ ਅੱਖਾਂ ਚ ਅਥਰੂ ਹੱਥਾਂ ਚ ਖੁੱਲ ਕੁਛ ਬੋਲਦੇ ਸਹੀ ਗੱਲ ਦਾ ਦੁਸ਼ਮਣ ਤੇਰਾ ਕੁਛ ਲੱਗਾ ਤੇ ਨਹੀਂ ਕੋਈ ਜੇ ਤੇਰੇ ਇਸ ਕਬਰ ਨਾਲ ਕੋਈ ਰਿਸ਼ਤਾ ਹੈ ਤੇ ਫਿਰ ਮੇਰੀ ਇੱਕ ਗੱਲ ਲੱਗ ਜਾ ਵੈਸੇ ਕਿ ਮੈਂ ਇਸ ਕਬਰ ਦੀ ਸੁੱਤੀ ਹੋਈ ਦਾ ਸੁਹਾਗ ਜੇ ਤੂੰ ਮੇਰਾ ਸੁਹਾਗ ਹੈ ਤੇ ਮੈਂ ਤੇਰਾ ਪੁੱਤਰ ਹਾਂ ਮੈਂ ਤੇਰਾ ਪੁੱਤਰ ਹਾਂ ਬਾ ਤੇਰੀ ਸੁਗਤ ਦੇਖ ਕੇ ਤੈਨੂੰ ਖਿੱਚ ਪੈਂਦੀ ਸੀ ਫਿਰ Thank you.
Thank you.
ਨਸ਼ਾ ਕੁਛ ਹੋਰ ਵੱਧ ਗਿਆ ਭਾਈ। ਤੂੰ ਵੀ ਆਪਣੇ ਗੁੱਸੇ ਨੂੰ ਕੁਛ ਸਰਪਾ ਦੇ ਹੋਏ ਪਿਆਸ ਲਈ ਕਿ ਮਨ ਵੀ ਇਸ ਲਈ ਖਤਮ ਕੀਤਾ ਸੀ। Thank you.
Thank you.
Yeah.